आपां मजबूरी च ही बेच रहे जी पशु, आपां मजबूरी च ही बेच रहे आपां भी हुण आया कोई रेह स्प्रे पावांगे कित्थे बाणियां तो हुण भी चक्कांगे ब्याज पऊगा। आपां कहिंदे ने जी आपां आपदे ही पशु बेच दो, चलो हुई कोई आपदा अर्थ सरजूगा। घरे बीबी है जी, वो 80-85 साल की उम्र है, घर वाली है वो ढिली रहिंदी है, बच्चे पढ़ते हैं। वीडियो सबसे पहले देखने के लिए चैनल को सब्सक्राइब करें, घंटी का बटन ऑल पे कर दें ताकि सभी नोटिफिकेशन आप तक सबसे पहले पहुंच जाए। धन्यवाद सारे ही किसान वीरां नूं प्यार भरी सत श्री अकाल। किसान वीरो पहुंचे हुए हैं पशु मंडी डब वाली दे विच। मैं तुहाडा अपना छोटा वीर जुगनू बठिंडे वाला, ते अज किसान जिहड़े अपनी गावां लैके आए ने पशु मंडी दे विच उह दिखावांगे। असी जिहड़ा हुण कुछ दिनां तों लगातार उहनां किसानां नूं प्रमोट करन दी कोशिश कर रहे हैं जिन्हां नूं असल लोड़ है, क्योंकि व्यापारी तो चलो ठीक है व्यापार करना है, मगर जिहड़े किसान लोड़वंद ने उहनां नूं सोचा कि प्रमोट किया जाए, उहनां दी थोड़ी बहुत वीडियोज़ दे राही हैल्प की जाए। असी कोशिश कर रहे हैं पर साथ तुहाडा चाहीदा कि जिहड़े भी लोड़वंद किसान दी असी वीडियो शूट करते हैं उस नूं जरूर तुसी रिस्पोंस दिया करो, शेयर जरूर कर दिया करो, क्योंकि उस तुहाडे एक शेयर दे नाल किसान वीर दी बहुत मदद हो सकती है। इस तरह अज लोड़वंद एक किसान साडे नाल जुड़े है, व्यापार नाल इन्हां दा कोई लेन देन नहीं, ते गलबात करते हैं, गां लैके आए ने। अंकल जी की नाम है तुहाडा, किहड़ा पिंड है? पिंड जोधपुर जी, गुरजंट नाम है। अच्छा भाजी, जिवें मैं दस्या अपने दर्शकों नूं है ना कि भी व्यापार नाल कोई लेन देन नहीं, इन्हां दा कोई लेन देन नहीं है, सही है ना? हाँ जी सही है। अच्छा अपना व्यापार नाल कोई लेन देन नहीं जी, उहदा इह बाही करदे आपां तां आपदे खेत बाही करदे आ, कणक बीजदे आ, सारा कुछ बीजदे आ, पशु वध सीगे, चलो भी हुण घर वाले नहीं समझदे, बच्चे पढ़ते ना, बस उहदा करके भी हुण मजबूरी च आप नूं बेचणियां पैंदियां। अच्छा ਤੁਸੀਂ ਦੱਸਿਆ ਸਾਨੂੰ ਹੈ ਨਾ ਦੀ ਕਹਾਣੀ, ਉਹ ਸਾਡੇ ਦਰਸ਼ਕਾਂ ਨੂੰ ਵੀ ਦੱਸੋ ਮਾੜਾ ਜਿਹਾ ਵੀ ਕਾਰਨ ਕੀ ਆ ਅੱਜ ਤੁਸੀਂ ਵੇਚਣ ਆਏ ਹੋ, ਖੁੱਲ੍ਹ ਕੇ ਦੱਸ ਦਿਓ ਮਾੜਾ ਜਿਹਾ। ਆਪਾਂ ਮਜਬੂਰੀ 'ਚ ਹੀ ਵੇਚ ਰਹੇ ਜੀ ਪਸ਼ੂ, ਆਪਾਂ ਮਜਬੂਰੀ 'ਚ ਹੀ ਵੇਚਦੇ ਹਾਂ ਆਪਾਂ ਵੀ ਹੁਣ ਆਏ ਹਾਂ, ਕੋਈ ਰੇਹ ਸਪਰੇ ਪਾਵਾਂਗੇ ਕਿੱਥੇ ਬਾਣੀਆਂ ਤੋਂ ਹੁਣ ਵੀ ਚੱਕਾਂਗੇ ਵਿਆਜ ਪਊਗਾ। ਆਪਾਂ ਕਹਿੰਦੇ ਨੇ ਜੀ ਆਪਾਂ ਆਪਦੇ ਹੀ ਪਸ਼ੂ ਵੇਚ ਦਿਓ, ਚਲੋ ਹੋਈ ਕੋਈ ਆਪਦਾ ਅਰਥ ਸਰਜੂਗਾ। ਅੱਛਾ ਕਿੰਨੇ ਕੁ ਪਸ਼ੂ ਨੇ ਤੁਹਾਡੇ ਕੋਲ? ਪਸ਼ੂ ਦੋ ਹੋਰ ਹੈ ਜੀ, ਤਿੰਨ ਸਮਾਈ ਨਹੀਂ ਹੁੰਦੀ, ਮਤਲਬ ਸਮਾਈ ਦੇ ਕਰਕੇ ਵੇਚਦੇ ਹਾਂ ਜੀ ਹੁਣ। ਕੋਈ ਮਤਲਬ ਇਹਨਾਂ ਦੀ ਦੇਖ ਰੇਖ ਕਰਨ ਵਾਲਾ ਹੈ ਨਹੀਂ ਘਰੇ? ਘਰੇ ਬੀਬੀ ਹੈ ਜੀ, ਉਹ 80-85 ਸਾਲ ਦੀ ਉਮਰ ਹੈ, ਘਰ ਵਾਲੀ ਹੈ ਉਹ ਢਿੱਲੀ ਰਹਿੰਦੀ ਹੈ, ਬੱਚੇ ਪੜ੍ਹਦੇ ਹੈ। ਅਤੇ ਆਹ ਕਿਹੜੀ ਨਸਲ 'ਚ ਆ ਗਈ ਜੀ ਜਿਹੜੀ ਤੁਸੀਂ ਲੈ ਕੇ ਆਏ? ਇਹ ਸ਼ਾਹੀਵਾਲ 'ਚੋਂ ਹੈ ਜੀ, ਬੇਰੜੀ 'ਚ ਉਹ। ਹਾਂ ਮਤਲਬ ਦੋਗਲੀ ਹੈ। ਹਾਂ ਜੀ, ਵੀ ਕਿਉਂ ਜੇ ਹੁਣ ਪਹਿਲੋ ਟੀਕਾ ਤਾਂ ਆਪਾਂ ਨੂੰ ਡਾਕਟਰਾਂ ਨੂੰ ਪਤਾ ਜੀ, ਕੋਈ ਦਿੰਦਾ ਹੀ ਨਹੀਂ ਆਪਾਂ ਨੂੰ, ਪੈਸੇ ਲੈ ਜਾਣਗੇ ਟੀਕਾ, ਕਹਿਣਗੇ ਹਾਂ ਜੀ ਆਪਾਂ ਇਹ 500 ਦਾ 700 ਦਾ ਵੀ ਇਹ ਪਿਓਰ ਨਸਲ ਦੀ ਹੈ, ਵੀ ਉਹਦਾ ਤਾਂ ਕੋਈ ਦਿੰਦਾ ਹੀ ਨਹੀਂ ਗਾ ਕੋਈ ਟੀਕਾ। ਅੱਛਾ ਇਹ ਦੋਗਲੀ ਦੱਸ ਰਹੇ ਹੈ ਬਾਈ ਜੀ, ਅਤੇ ਇੱਕ ਵਾਰ ਪਿੱਛੇ ਜਾਓ ਇਹਦੇ ਗਾਂ ਦੇ ਅਤੇ ਆਰਡਰ ਕੁਆਲਿਟੀ ਦਿਖਾਓ, ਅਤੇ ਇਹਦਾ ਸੂਆ ਵਗੈਰਾ ਵੀ ਦੱਸ ਦਿਓ ਕਿੰਨਵਾਂ। ਪਹਿਲਾ ਸੂਆ ਜੀ, ਪਹਿਲਾ ਸੂਆ, ਅਤੇ ਅੰਦਾਜ਼ਾ ਕੁਛ ਕਿੰਨਾ ਕੁ ਦੁੱਧ ਦੇ ਸਕੇਗੀ ਇਹਦੀ ਮਾਂ ਦਾ ਰਿਕਾਰਡ ਵਗੈਰਾ ਕੁਛ? ਇਹਦੀ ਮਾਂ ਦਾ ਹਲੇ 20 ਕਿਲੋ ਦੁੱਧ ਹੈ ਜੀ। ਹਾਂ 20 ਕਿਲੋ ਦੁੱਧ ਅਸੀਂ ਆਪ ਚੋਇਆ ਜਾਵਾਂ। ਇਹ ਘਰ ਦੀ ਹੈਗੀ? ਘਰ ਦੀ ਹੈ ਜੀ, ਘਰ ਦੀ। ਇਹਦੀ ਮਾਂ ਸੀਗੀ, ਇਹਦੀ ਜਿਹੜੀ ਨਾਨੀ ਸੀਗੀ ਉਹ ਗੁਜ਼ਰ ਗਈ ਸੀਗੀ, ਇੱਕ ਬਹਿਣ, ਇਹਦੀ ਭੈਣ ਹੋਰ ਹੈ, ਘਰ ਦੀ ਉਹ ਹੈ। ਅਤੇ ਹੁਣ ਇਹ ਕਿੰਨੇ ਕੁ ਚਿਨਾ ਦੀ ਕੱਚੀ ਹੈ? ਇਹ ਲੈ ਜੂਗੀ ਜੀ, 20 ਦਿਨ ਲੈ ਜੂਗੀ, 20 ਦਿਨ ਲੈ ਜੂ। ਅੱਛਾ ਇਹਦਾ ਕੋਈ ਅੰਦਾਜ਼ਾ ਨਹੀਂ ਵੀ ਕਿੰਨਾ ਕੁ ਦੇ ਸਕਦੀ ਹੈ? ਨਹੀਂ ਉਹ ਤਾਂ ਹੁਣ ਸੇਵਾ ਦੇ ਸਿਰ 'ਤੇ ਹੈ ਜੀ ਇਹਦਾ, ਜੇ ਹੁਣ ਆਪਾਂ ਸੇਵਾ ਪਾਵਾਂਗੇ ਜੀ, ਦਾਣਾ ਪਾਵਾਂਗੇ, ਉਹ ਉਹਦੇ ਸਿਰ 'ਤੇ ਜਿੰਨਾ ਮਰਜ਼ੀ ਕੱਢ ਲਓ ਜੀ ਦੁੱਧ। ਫੇਸ ਕੁਆਲਿਟੀ ਨਜ਼ਦੀਕ ਤੋਂ ਜ਼ਰੂਰ ਦਿਖਾ ਦਿਓ ਇੱਕ ਵਾਰ, ਦੇਖ ਸਕਦੇ ਹੋ ਤੁਸੀਂ। ਹਾਂ ਇਹ ਗਾਂ। ਅੱਛਾ ਡਿਮਾਂਡ ਕੀ ਕਰ ਰਹੇ ਹੋ? 45 ਹੈ ਜੀ ਮੁੱਲ ਇਹਦਾ। 45,000 ਜੀ? ਹਾਂ ਜੀ। ਇਹ ਮੰਗਣ ਦੀ ਹੈ ਕਿ ਦੇਣ ਦੀ? ਨਹੀਂ ਜੀ ਫਿਰ ਜੇ ਕੋਈ ਹਿਸਾਬ 'ਚ ਆਊਗਾ ਫਿਰ ਆਪਾਂ ਉੱਥੇ ਆ ਕੇ ਖੜਾਂਗੇ, ਵੀ ਮੁੱਲ ਤਾਂ ਕਿਰਾਂ ਦੀ ਚੀਜ਼ ਦਾ ਕਰਨਾ ਹੀ ਹੈ ਜੀ। ਠੀਕ ਹੈ, ਮੋਬਾਈਲ ਨੰਬਰ ਹੈ ਕੋਈ? ਹਾਂ ਜੀ ਬੋਲ ਦਿਓ ਜਰਾ। 94781 ਜੀ, 70793। ਅੱਛਾ ਜੇ ਲੈਣੀ ਹੋਵੇ ਕਿਸੇ ਨੂੰ ਦੇ ਦੋਗੇ ਘਰੋਂ? ਹਾਂ ਜੀ। ਚਲੋ ਵੈਸੇ ਤਾਂ ਜੀ ਰੱਖੇ ਜੇ ਕੋਈ ਘਰ ਵਾਲੀ ਤਾਂ ਦੁੱਧ ਬਥੇਰਾ ਜੀ, ਇਹਦੀ ਮਾਂ ਥੱਲੇ ਘਰੇ ਸੇਵਾ ਕਰੂਗਾ ਅਗਲਾ, ਕੋਈ ਮੇਰੇ ਕੋਲ ਤਾਂ ਬਸ ਤੁਹਾਨੂੰ ਦੱਸਿਆ ਵੀ ਆਪਣੀ ਸੇਵਾ ਨਹੀਂ ਹੁੰਦੀ।
अच्छा हुण जिवें तुसीं दस्सिया है ना 10-12 दिन लगेगी ये तां कोई गल्लां है ध्यान देण वालियां इह च वी मतलब कोई वध ध्यान देण सूआ इहनां दा सूए दा आपां गिणदे आ इह रवे दा सूआ सही है जी इहनां दा इहदी मां दा सूआ भी सही है गां दी जिहड़ी भैण सी उहदा भी सूआ सही है भी सूए पिछे कोई गलती नहीं गी भी कोई जेर पैण च चाहे कोई सूण च ਉਹ ਕੋਈ ਗਲਤੀ ਨਹੀਂ ਅੰਦਾਜ਼ਾ ਕੁਛ ਕਿੰਨਾ ਕੁ ਘੱਟ ਕਰ ਸਕਦੇ ਹੋ ਅੰਦਾਜ਼ਾ ਜੇ ਲੱਗੇ ਤਾਂ ਜੀ ਫੇਰ ਹੀ ਮੁੱਲ ਲਾਊਗਾ ਕੋਈ ਫੇਰ ਹੀ ਲਾਵਾਂ ਮੈਂ ਬੋਲ ਕੇ ਇੰਨਾ ਤਾਂ ਕਿੰਨਾ ਕਰਦੇ ਹਾਂ ਮਾੜਾ ਮੋਟਾ ਕਰ ਲਵੋਗੇ ਨਹੀਂ ਮਾੜਾ ਮੋਟਾ ਆਪਣਾ 1000-2000 ਦਾ ਹੁੰਦਾ ਹੈ ਸਾਈ ਦਾ ਹੈ ਜਦੋਂ ਸਾਈ ਹੋ ਗਈ ਹਾਂ ਅੱਛਾ ਇਹ ਦੱਸੋ ਵੀ ਜੇਕਰ ਕੋਈ ਸਾਡੇ ਚੈਨਲ ਦੇ ਜਰੀਏ ਤੁਹਾਡੇ ਨਾਲ ਗੱਲ ਕਰੂਗਾ ਫਾਰਮਿੰਗ ਬਾਬਾ ਦਾ ਨਾਮ ਲੈ ਕੇ ਤਾਂ ਤੁਸੀਂ ਉਹਨੂੰ ਘੱਟ ਕਰ ਦੋਗੇ ਮਾੜਾ ਮੋਟਾ ਨਹੀਂ ਐਂ ਤਾਂ ਜੀ 1000-2000 ਘੱਟ ਹੋ ਜੂਗਾ ਉਹ ਤਾਂ ਹੁਣ ਆਪਾਂ ਤਾਂ ਪੂਰੀ ਤਾਂ ਮੌਤ ਵੀ ਨਹੀਂ ਆਪਾਂ ਨੂੰ ਮੌਕੇ ਤੇ ਮਿਲਦੀ ਵੀ ਆਪਾਂ ਨੂੰ ਮੌਤ ਮਿਲ ਜੇ ਹੈ ਠੀਕ ਹੈ ਇਹ ਤੁਸੀਂ ਜੇ ਗੱਲ ਕਰੋਗੇ ਨਾ ਫਾਰਮਿੰਗ ਬਾਬਾ ਪੰਜਾਬ ਦੀ ਵੀਡੀਓ ਦੇਖ ਕੇ ਅਸੀਂ ਗੱਲ ਕਰ ਰਹੇ ਹਾਂ ਤਾਂ ਤੁਹਾਨੂੰ ਜਿਹੜਾ ਹੈ ਡਿਸਕਾਊਂਟ ਵੀ ਬਾਈ ਜੀ ਕਰ ਦੇਣਗੇ ਤਾਂ ਥੋੜ੍ਹੀ ਜਿਹੀ ਨਾ ਅਸੀਂ ਆਪਦੇ ਜਿਹੜੇ ਨਵੇਂ ਵੀਰ ਹੈ ਹਨਾ ਉਹਨਾਂ ਨੂੰ ਜਾਣਕਾਰੀ ਦਿੰਦੇ ਹਾਂ ਜਿਹੜੇ ਤਜਰਬੇਕਾਰ ਹੁੰਦੇ ਆ ਹੁਣ ਤੁਸੀਂ ਤਾਂ ਰੱਖਦੇ ਹੀ ਆਏ ਹੋ ਹਨਾ ਅਤੇ ਤੁਸੀਂ ਦੱਸ ਦਿਓ ਬਈ ਜਿਵੇਂ ਹੁਣ ਇਹਦੀ ਸੌਖੀ ਡਿਲੀਵਰੀ ਵਾਸਤੇ ਹੈ ਨਾ ਸੂਏ ਵਾਸਤੇ ਕੁਛ ਤੇਲ ਵਗੈਰਾ ਕੁਛ ਹੈ ਕੁਛ ਦੇਣ ਵਾਸਤੇ ਨਹੀਂ ਜੀ ਉਹ 2000 ਦੀ ਬੋਰੀ ਆਉਂਦੀ ਹੈ ਜੀ ਉਹ 2100 ਦੀ ਆਦੀ ਫੀਡ ਦੀ ਜੀ ਇਹਨਾਂ ਨੂੰ ਅਸੀਂ ਬਸ ਉਹ ਪਾਉਂਦੇ ਹੁੰਦੇ ਹਾਂ ਜੀ ਸੂਣ ਤੋਂ 20 ਦਿਨ ਪਹਿਲਾਂ ਹੁਣ ਜੇ ਇੱਥੋਂ ਕੋਈ ਲੈ ਜਾਂਦਾ ਤਾਂ ਇਹਨੂੰ ਕੋਈ ਦਵਾਈ ਵਗੈਰਾ ਦੇਣ ਦੀ ਲੋੜ ਤਾਂ ਨਹੀਂ ਨਹੀਂ ਜੀ ਉਹ ਚਾਰੀ ਹੋਈ ਹੈ ਜੀ ਮੇਰੀ ਬੋਰੀ ਚਾਰੀ ਹੋਈ ਨਾ ਮੇਰੀ ਬੋਰੀ ਚਾਰੀ ਹੋਈ ਆ ਅੱਛਾ ਜਿਵੇਂ ਹੁਣ ਡਿਲੀਵਰੀ ਹੋਊਗੀ ਹੈ ਨਾ ਬੱਚੇ ਨੂੰ ਦੇਖਭਾਲ ਦੀਆਂ ਕੋਈ ਵਿਸ਼ੇਸ਼ ਗੱਲਾਂ ਉਹ ਬੱਚੇ ਦਾ ਤਾਂ ਜੀ ਗਾਹਾਂ ਬੱਚੇ 'ਤੇ ਡਿਪੈਂਡ ਰਹਿ ਗਿਆ ਕੋਈ ਜਿਵੇਂ ਆਪਣੀ ਬੱਚੀ ਹੈ ਚੰਗੀ ਹੈ ਕੋਈ ਸੋਹਣੀ ਨਸਲ ਦੀ ਆ ਗਈ ਉਹਨੂੰ ਆਪਾਂ ਉਹੋ ਜਿਹੇ ਟੀਕਾ ਟੱਲਾ ਲਵਾਵਾਂਗੇ ਕੋਈ ਬਾਕੀ ਸਿਰੇ ਆਪਾਂ ਖੁਰਾਕ ਦਵਾਵਾਂਗੇ ਡਾਕਟਰ ਨੂੰ ਦੇਖਭਾਲ ਕਰਾਂਗੇ ਉਹ ਤਾਂ ਉਹ ਚੀਜ਼ ਹੈ ਹਾਂ ਠੀਕ ਹੈ ਇਹਦੇ 'ਚ ਕਮਾਈ ਵਗੈਰਾ ਹੈ ਵੈਸੇ ਤੂੰ ਵੈਸੇ ਤਾਂ ਤੁਸੀਂ ਵਪਾਰ ਦਾ ਕੋਈ ਲੈਣ ਦੇਣ ਹੀ ਨਹੀਂ ਹੈ ਨਾ ਲੱਗਦਾ ਜੀ ਹੁਣ ਇਹ ਵੀ ਬਾਈ ਸਾਹਿਬ ਵੀ ਜ਼ਿੰਮੇਦਾਰੀ ਹੈ ਖੜੇ ਨੇਗੇ ਕਮਾਈ ਤਾਂ ਜੀ ਕਿਹੜੀਆਂ ਇਹਨਾਂ 'ਚ ਜਿਹੜੇ ਜ਼ਿੰਮੀਦਾਰਾਂ ਕੋਲੋਂ ਇੱਕ ਸਰਦਾ ਨਹੀਂ ਗਾ ਆਪਾਂ ਨੂੰ ਮਜਬੂਰੀ 'ਚ ਵੇਚਣੀਆਂ ਪੈਂਦੀਆਂ ਬਸ ਇੱਕ ਹਾਂ ਅਤੇ ਮਤਲਬ ਆਈ ਚਲਾਈ ਚੱਲਦੀ ਰਹਿੰਦੀ ਬਸ ਆਈ ਚਲਾਈ ਚੱਲੇ ਦੁੱਧ ਵਗੈਰਾ ਘਰ ਦਾ ਹੋ ਜਾਂਦਾ ਬਸ ਉਹ ਹੈ ਜੀ ਖੇਤ ਬੰਨੇ ਜਾਂਦਾ ਆਪਾਂ ਨੂੰ ਮੁੱਲ ਨਹੀਂ ਲੈਣਾ ਪੈਂਦਾ ਬਸ ਆਪਾਂ ਅੱਛਾ ਖੇਤੀ ਕਰਦੇ ਹੋ ਹਾਂ ਜੀ ਕਿੰਨੇ ਕੁ ਵਾਹਣ ਵਗੈਰਾ ਖੇਤੀ ਆਪਦੇ 5 ਕਿੱਲੇ ਕਰਦੇ ਹਾਂ ਜੀ ਆਪਦੇ 5 ਕਿੱਲੇ ਠੀਕ ਹੈ ਤਾਂ ਇਹ ਨੰਬਰ ਹੈ ਜੀ ਬਾਈ ਜੀ ਦਾ ਤੁਹਾਨੂੰ ਨੰਬਰ ਦੇਤਾ ਗਾਂ ਵੀ ਦਿਖਾਤੀ ਹੈ ਸਾਡੀ ਕੋਸ਼ਿਸ਼ ਜਿਹੜੀ ਹੈ ਇਹ ਹੈ ਕਿ ਬਈ ਜਿਹੜੇ ਛੋਟੇ ਕਿਸਾਨ ਨੇ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਵੀਡੀਓ ਦੇ ਰਾਹੀਂ ਪ੍ਰਮੋਟ ਕਰੀਏ ਤਾਂ ਕਿ ਥੋੜ੍ਹੀ ਬਹੁਤ ਉਹਨਾਂ ਦੀ ਹੈਲਪ ਹੋ ਸਕੇ ਤੁਸੀਂ ਵੀ ਥੋੜ੍ਹੀ ਬਹੁਤ ਹੈਲਪ ਇਹਨਾਂ ਦੀ ਕਰਨੀ ਹੈ ਵੀਡੀਓ ਸ਼ੇਅਰ ਕਰਕੇ ਤਾਂ ਜਿਹੜਾ ਲੋੜਵੰਦ ਹੋਰ ਕਿਸਾਨ ਹੈ ਜਿਸ ਨੂੰ ਇਹ ਗਾਂ ਚੰਗੀ ਲੱਗੀ ਹੈ ਉਹ ਗਾਂ ਲੈ ਲੇ ਅਤੇ ਬਾਈ ਜੀ ਦੀ ਹੈਲਪ ਹੋ ਜੇ ਅਤੇ ਜਿਹਨੂੰ ਵੀ ਵੀਡੀਓ ਚੰਗੀ ਲੱਗੀ ਹੈ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ ਇੱਕ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ ਜਿਹੜੇ ਆਪਣੇ ਇਸ ਛੋਟੇ ਵੀਰ ਨੂੰ ਹਰ ਦਿਨ ਪਿਆਰ ਦਿੰਦੇ ਆ ਚੈਨਲ ਨੂੰ ਸਕਸੈਸ ਕਰਨ ਦੇ ਵਿੱਚ ਇਸੇ ਤਰ੍ਹਾਂ ਆਪਣਾ ਆਸ਼ੀਰਵਾਦ ਚੈਨਲ 'ਤੇ ਬਣਾਈ ਰੱਖੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ